ਜ਼ਿਲ੍ਹਾ ਕਪੂਰਥਲਾ ਦੇ ਪੁਲਿਸ ਥਾਣਾ ਢਿਲਵਾਂ ਵੱਲੋਂ 7 ਪੇਟੀਆਂ ਸ਼ਰਾਬ ਕੈਂਟਰ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ, ਪੁਲਿਸ ਪਾਰਟੀ ਗਸ਼ਤ ਦੌਰਾਨ ਹਾਈਟੈਕ ਨਾਕਾ ਲਗਾ ਕੇ ਢਿਲਵਾਂ ਮੌਜੂਦ ਸੀ ਤਾਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਮਨ ਭਗਤ ਨੇ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਵਹੀਕਲਾਂ ਦੀ ਚੈਕਿੰਗ ਕੀਤੀ। ਇਸੇ ਦੌਰਾਨ ਜਲੰਧਰ ਸਾਈਡ ਤੋਂ ਇੱਕ ਕੈਂਟਰ, ਜਿਸਦੇ ਅੱਗੇ ਨੰਬਰ ਪਲੇਟ ਨਹੀਂ ਸੀ ਅਤੇ ਬਾਡੀ ਦੇ ਉੱਪਰ ਕਾਲੀ ਤਰਪਾਲ ਪਾਈ ਹੋਈ ਸੀ, ਉਸ ਨੂੰ ਸ਼ੱਕ ਦੀ ਨਿਗਾਹ ਤੇ ਰੋਕਣ ਦੀ ਕੋਸ਼ਿਸ਼ ਕੀਤੀ ਆ, ਪਰ ਕੈਂਟਰ ਨਹੀਂ ਰੁਕਿਆ, ਜਿਸ ਨੂੰ ਕਿ ਬੈਰੀਕੇਟ ਅੱਗੇ ਲਗਾ ਕੇ ਰੋਕਿਆ ਗਿਆ ਤਾਂ ਕੈਂਟਰ ਦੇ ਵਿੱਚੋਂ 2 ਨੌਜਵਾਨ ਬੈਠੇ ਹੋਏ ਸੀ ਅਤੇ ਨਾਲ ਬੈਠੇ ਨੌਜਵਾਨ ਨੂੰ ਥੱਲੇ ਉਤਾਰ ਕੇ ਨਾਮ ਪਤਾ ਪੁੱਛਿਆ ਗਿਆ ਅਤੇ ਇਸ ਦੌਰਾਨ ਕੈਂਟਰ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਲਾਟੀ ਵਾਸੀ ਮਾਨਾ ਵਾਲਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਨਾਲ ਬੈਠੇ ਨੌਜਵਾਨ ਨੇ ਵੀ ਆਪਣਾ ਪਤਾ ਦੱਸਿਆ। ਕੈਂਟਰ ਦੀ ਤਲਾਸ਼ੀ ਲੈਣ ਤੇ ਕੈਂਟਰ ਦੇ ਵਿੱਚੋਂ ਬਣੇ ਗੁਪਤ ਕੈਬਿਨ ਦੀ ਖਿੜਕੀ ਉੱਪਰ ਨੂੰ ਚੁੱਕਣ ਤੇ ਜਦੋਂ ਖੁੱਲਦੀ ਹੈ ਤਾਂ ਉਸ ਖਿੜਕੀ ਨੂੰ ਉੱਪਰ ਚੁੱਕ ਕੇ ਦੇਖਿਆ ਗਿਆ ਤਾਂ ਕੈਂਟਰ ਅਤੇ ਗੁਪਤ ਕੈਬਿਨ ਦੇ ਅੰਦਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਇਸੇ ਦੌਰਾਨ ਉਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਤੇ ਕੇਸ ਦਰਜ ਕੀਤਾ ਗਿਆ। ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰ, ਤੁਹਾਡਾ ਸ਼ੁਭ ਨਾਮ ਜੀ? ਰਮਨ ਭਗਤ, ਐਕਸਾਈਜ਼ ਇੰਸਪੈਕਟਰ, ਕਪੂਰਥਲਾ ਸਿਟੀ। ਜੀ, ਅੱਜ ਦੀ ਸ਼ਰਾਬ ਫੜੀ ਗਈ ਹੈ, ਕੀ ਕਹਿਣਾ ਚਾਹੁੰਦੇ? ਇਹ 'ਚ ਅਸੀਂ ਪੁਲਿਸ ਦੀ ਸਹਾਇਤਾ ਨਾਲ ਨਾਕਾ ਲਾਇਆ ਸੀਗਾ, ਹਾਈਟੈਕ ਨਾਕਾ ਢਿਲਵਾਂ ਜੀ। ਉੱਥੇ ਸਾਨੂੰ ਇਤਲਾਹ ਸੀਗੀ ਕਿ ਕੋਈ ਬੂਟਲੈਗਰਸ ਇੱਥੇ ਵਿੱਚ ਮਾਲ ਲੈ ਕੇ ਜਾ ਰਹੇ ਨੇ ਅਤੇ ਇੱਕ ਮੋਡੀਫਾਈਡ ਕੈਂਟਰ ਸੀਗਾ ਜਿਹਦੇ ਵਿੱਚ ਕਿ ਉਹਨਾਂ ਨੇ ਕੈਬਿਨ ਨੂੰ ਮੋਡੀਫਾਈ ਕੀਤਾ ਸੀਗਾ ਅਤੇ ਉਹਦੀ ਸਾਨੂੰ ਟਿਪ ਆਫ ਸੀਗੀ ਕਿ ਇੱਦਾਂ ਦਾ ਮੋਡੀਫਾਈਡ ਕੈਂਟਰ ਆਏਗਾ ਅਤੇ ਉਹਨੂੰ ਇੰਟਰਸੈਪਟ ਕਰਕੇ ਉਹਦੇ ਵਿੱਚੋਂ ਰਿਕਵਰੀ ਹੋ ਸਕਦੀ ਹੈ ਅਤੇ ਅਸੀਂ ਇਹਦੇ ਵਿੱਚ IMF ਲਿਕਰ, ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਆ, ਉਹ 4 ਬ੍ਰੈਂਡਸ ਆਪਾਂ ਰਿਕਵਰ ਕੀਤੇ ਆ। ਕਿਹੜੇ ਕਿਹੜੇ? ਉਹਦੇ ਵਿੱਚ ਸਾਡੇ ਕੋਲ ਹੈਗੀ ਆ ਆਫੀਸਰ ਚੋਇਸ, ਇੰਪੀਰੀਅਲ ਬਲੂ, ਰੋਇਲ ਸਟੈਗ ਅਤੇ ਮੈਕਡੋਵਲ ਦੀਆਂ ਪੇਟੀਆਂ ਨੇ ਜੀ। ਅਤੇ ਉਹਦੇ ਵਿੱਚ ਅਸੀਂ ਅੱਗੇ ਤਫਤੀਸ਼ ਕਰ ਰਹੇ ਹਾਂ ਕਿ ਕਿਹੜੇ ਗਰੁੱਪ ਦੀ ਹੈ, ਕਿਵੇਂ ਹੈਗਾ। ਉਹਦੇ ਵਿੱਚ ਸਾਡੇ ਕੋਲ ਆਪਣਾ ਐਕਸਾਈਜ਼ ਇਨਫੋਰਸਮੈਂਟ ਐਪ ਹੈਗਾ, ਉਹਦੇ ਥਰੂ ਆਪਾਂ ਟੈਕਨੋਲੋਜੀ ਦਾ ਸਾਰਾ ਲੈ ਕੇ ਚੈੱਕ ਕਰ ਰਹੇ ਹਾਂ ਵੀ ਇਹ ਕਿਸ ਸਾਈਡ ਤੋਂ ਆ ਰਹੀ ਸੀਗੀ। ਇਹ ਜਲੰਧਰ ਸਾਈਡ ਤੋਂ ਆਈਆਂ ਸੀ, ਅੰਮ੍ਰਿਤਸਰ ਜਾਣੀਆਂ ਸੀ। ਇਹਦੇ ਵਿੱਚ ਅੰਮ੍ਰਿਤਸਰ ਦੇ ਬੂਟ ਲੈਗਰਸ ਇਨਵੋਲਵ ਹੈਗੇ ਆ ਅਤੇ ਉਹਨਾਂ ਦੇ ਵੀ ਕਾਰਵਾਈ ਚੱਲ ਰਹੀ ਹੈ ਨਾਲ ਨਾਲ। ਸਰ, ਤੁਹਾਡਾ ਸ਼ੁਭ ਨਾਮ ਜੀ? ਮੈਂ SI ਬਲਬੀਰ ਸਿੰਘ, SH ਢਿਲਵਾਂ, ਕਪੂਰਥਲਾ। ਅੱਜ ਤੁਸੀਂ ਕਾਨਫਰੰਸ ਕੀਤੀ ਹੈ, ਕੀ ਮੁੱਦਾ? ਮੈਂ ਤਾਂ ਜੀ ਸਾਡੇ ਐਕਸਾਈਜ਼ ਇੰਸਪੈਕਟਰ ਰਮਨ ਭਗਤ ਜੀ ਹੁਣਾਂ ਦੀ ਸਹਾਇਤਾ ਨਾਲ ESI ਕੁਲਦੀਪ ਸਿੰਘ ਅਤੇ ਉਹਦੀ ਪੁਲਿਸ ਪਾਰਟੀ ਨੇ ਹਾਈਟੈਕ ਨਾਕਾ ਢਿਲਵਾਂ 'ਤੇ ਨਾਕਾ ਲਾਇਆ ਸੀ। ਜਲੰਧਰ ਸਾਈਡ ਤੋਂ ਇੱਕ ਕੈਂਟਰ ਆਇਸ਼ਾ ਟੈਪ ਜਿਹੜਾ ਹੈਗਾ ਉਹ ਆਇਆ, ਉਹਦਾ ਨੰਬਰ ਹੈਗਾ PB07-7253-51 ਆਇਆ, ਉਹਨੂੰ ਰੋਕ ਕੇ ਚੈੱਕ ਕੀਤਾ, ਉਹਦੇ 'ਚੋਂ ਜਿਹੜੀਆਂ 70 ਪੇਟੀਆਂ ਸ਼ਰਾਬ ਦੀਆਂ ਰਿਕਵਰ ਕੀਤੀਆਂ ਵੱਖ ਵੱਖ ਮਾਰਕੇ ਦੀਆਂ ਅਤੇ ਉਹਦੇ ਸੰਬੰਧ 'ਚ 2 ਦੋਸ਼ੀ ਗ੍ਰਿਫਤਾਰ ਕੀਤੇ ਅਤੇ ਮੁਕੱਦਮਾ ਦਰਜ ਕੀਤਾ ਜੀ। ਮੁਕੱਦਮਾ ਨੰਬਰ ਹੈਗਾ 80, ਮਿਤੀ ਹੈਗੀ 2011-2023, ਅੰਡਰ ਸੈਕਸ਼ਨ 420-120B, IPC 61-78-2-1-14 ਐਕਸਾਈਜ਼ ਐਕਟ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਅਤੇ ਜਿਹੜੇ ਜਿਹੜੇ ਅੱਗੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਪੇਸ਼ ਕਰਾਂਗੇ, ਪੁਲਿਸ ਰਿਮਾਂਡ ਲੈ ਕੇ ਜਿਹੜੀ ਅੱਗੇ ਤਫਤੀਸ਼ ਆ ਉਹ ਜਿਸ ਤਰ੍ਹਾਂ ਹੋਏਗੀ ਉਹ ਅਮਲ 'ਚ ਲਿਆਉਂਦੀ ਜਾਏਗੀ। ਜਿਹੜੇ ਅਪਰਾਧੀ ਸੀਗੇ ਟੋਟਲ ਕਿੰਨੇ ਸੀਗੇ ਜੀ? 2 ਦੋਸ਼ੀ ਆ ਜੀ। ਜੀ, 2 ਦੋਸ਼ੀ, ਇੱਕ ਦਾ ਨਾਂ ਹੈਗਾ ਸਰਬਜੀਤ ਸਿੰਘ ਅਤੇ ਦੂਜੇ ਦਾ ਹੈਗਾ ਜਗਤਾਰ ਸਿੰਘ, ਦੋਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅਤੇ ਇਹਨਾਂ 'ਤੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਆ। ਕਿੱਥੋਂ ਦਾ ਗਿਆ ਜੀ? ਇਹ ਅਜੇ ਕਲੀਅਰ ਕਰਨਾ, ਇਹਨਾਂ ਕੋਲ ਪੇਸ਼ ਕਰਕੇ ਰਿਮਾਂਡ ਦੇਵਾਂਗੇ, ਰਿਮਾਂਡ ਦੌਰਾਨ ਪੁੱਛਗਿੱਛ ਕਰਾਂਗੇ ਕਿੱਥੋਂ ਲੈ ਕੇ ਆਏ ਆ। ਇੱਕ ਪੇਟੀ 'ਤੇ ਜਿਹੜਾ QR ਕੋਡ ਹੋ ਜਿਹੜਾ ਹੈਗਾ ਉਹ ਹੈਗਾ, ਉਹਦੇ ਤੋਂ ਐਕਸਾਈਜ਼ ਤੋਂ ਸਹਾਇਤਾ ਲੈ ਕੇ ਪਤਾ ਕਰਾਂਗੇ ਵੀ ਕਿਹੜੇ ਠੇਕੇਦਾਰ ਦੀ ਜਾਂ ਕਿੱਥੋਂ ਸ਼ਰਾਬ ਆਈ ਆ,
ਉਹਨੂੰ ਫਿਰ ਤਫਤੀਸ਼ 'ਚ ਲਿਆਵਾਂਗੇ ਅੱਗੇ।